தள்ளி கொண்டு காக்க வரா. ਚਿੜੀ ਉੱਡ, ਕਬੂਤਰ ਉੱਡ, ਬਾਜ ਉੱਡ, ਗਧਾ ਉੱਡ। ਹੁਣ ਆਊ ਯਾਰਾ, ਹੁਣ ਆਉਂਦੇ ਵਾਲੀ ਜਿਹੜੀ ਪੱਟ ਜੇ ਲੱਗਣੀ ਬਿਜਲੀ ਮਾਇਆ ਅੜੀ ਭਾਈ ਉਹ ਲੁਕਣੇ ਕਰਦਾ ਵੀ ਅੰਗਲ ਖੁੱਲ੍ਹਾ ਬਿਜਲੀ ਲੂਣ ਮਿਰਚ ਮਸਾਲਾ ਮਿਰਚ ਮਸਾਲਾ ਆਇਆ ਨਹੀਂ ਜਾ ਰਹਾ ਹੈ ਨਹੀਂ ਜਾ ਰਹਾ।
ਚਿੜੀ ਉੱਡ, ਕਬੂਤਰ ਉੱਡ, ਬਾਜ ਉੱਡ, ਮਾਸਟਰ ਉੱਡ, ਆ ਪਾਸ ਗਿਆ ਬਈ, ਆ ਪਾਸ ਗਿਆ ਬਈ, ਆ ਜਾ ਬਈ, ਹੁਣ ਆ ਜਾ ਬਈ, ਵੱਟ ਜਾ ਨਾ ਕਰੀ, ਨਾ ਨਾ ਕਰਨਾ, ਬਈ ਮਾਸਟਰ ਕਿਵੇਂ ਉੱਡ ਬਈ, ਮੈਂ ਮਾਸਟਰ ਉੱਡ ਗਿਆ, ਨਹੀਂ ਬਈ ਉੱਡਾ ਬਈ, ਨਹੀਂ ਕਰ ਦੂੰ, ਮਾਸਟਰ ਦਾ ਨਾ ਤੋਤਾ ਸੀਗਾ, ਮੈਂ ਕਿਹਦੇ ਤੋਤਾ ਡੱਕਣਾ, ਬਈ ਮਾਸਟਰ ਗਿਆ ਸੀ ਬਈ, ਤੈਨੂੰ ਕੀ ਲੱਗਿਆ, ਮੇਰੇ ਨਾਲ ਬਈ ਨਾ, ਬਈ ਮਾਸਟਰ ਤੋਤਾ ਗਿਆ, ਮੈਂ ਨਹੀਂ, ਇਹ ਗੱਲ ਕਰਦਾ ਬਈ, ਰੌਲੇ ਪਾਉਂਦਾ ਬਈ, ਆ ਦੇਖ ਲਾ, ਮੈਂ ਬਈ ਮਾਸਟਰ ਕਹਿੰਦਾ ਤੂੰ ਤਾਂ ਮਾਰਦੀ ਜਾਂਦਾ, ਉਹ ਕਿਹਦੇ ਕਾਲ ਰੌਲੀ ਪਈ ਆ, ਤੱਕ ਕਰਕੇ ਬਾਹਰ ਉੱਡਿਆ, ਮੈਂ ਖੜੀ ਆ, ਬੈਜੋ ਖੜੇ ਹੋ, ਇੱਧਰ ਆਓ, ਪਹਿਲਾਂ ਮੈਨੂੰ ਐਂ ਦੱਸੋ ਕਾਮਾ ਰੋਲੀ ਕੀ ਪਾਈ ਸੀ ਤੁਸੀਂ? ਫਿਰ ਇਹਨਾਂ ਨੇ ਸੋਨੂੰ ਦਾਤਾ ਕਹਿੰਦੇ ਮਾਸਟਰ ਉੱਡ ਗੱਲ ਪਿੱਛੋਂ ਮੈਂ ਦੱਸਦਾ ਜੀ, ਅਸੀਂ ਮਾਸਟਰੀ ਦੋਵੇਂ ਚਿੜੀ ਉੱਡ ਕਾਂ ਉੱਡ ਖੇਡੀ ਜਾਂਦੇ, ਉਹ ਕਹਿੰਦਾ ਜੀ ਮਾਸਟਰ ਉੱਡ, ਕਹਿੰਦਾ ਜੀ ਮਾਸਟਰ ਜੀ ਜਿਹਨਾਂ ਨੇ ਕਿਹਾ ਸੀ ਮਾਸਟਰ ਉੱਡ, ਮੈਂ ਉੱਡ ਗਿਆ ਜੀ, ਮਾਸਟਰ ਉੱਡ ਗਿਆ, ਉਹਨੇ ਰੌਲਾ ਪਾਲੀ, ਉਹ ਕਹਿੰਦਾ ਹੱਥਾਂ ਕਰ ਤੂੰ ਮਾਸਟਰ ਉੱਡ ਗਿਆ, ਕਹਿੰਦਾ ਹਾਂ ਮਾਸਟਰ ਕਿਵੇਂ ਉੱਡ ਗਿਆ, ਮੈਂ ਤਾਂ ਉੱਡੇ ਮਾਸਟਰ ਜੀ ਸੋਚਾ ਨਾ ਤੋਤਾ ਸੀਗਾ, ਮੈਂ ਕਿਹਾ ਕਿਤੇ ਤੋਤਾ ਉੱਡ ਗਿਆ, ਮੈਂ ਉੱਡ ਗਿਆ, ਕੀ ਹੋ ਗਿਆ ਮੇਰੇ ਮਾਂ ਪਿਓ ਨੇ ਨਾ ਤੋਤਾ ਸਿੰਘ ਰੱਖਦਾ, ਨਾ ਤਾਂ ਬਹੁਤ ਸੋਹਣਾ, ਤੁਸੀਂ ਮੇਰੇ ਸੁਭਾਅ ਨੂੰ ਜਾਣਦੇ ਜੀ, ਉੱਚਾ ਹੋਇਆ ਉੱਚਾ ਟਿਕ ਜੋ ਟਿਕ ਜੋ, ਮੇਰਾ ਬਾਲਾ ਕੱਬਾ ਮਾਸਟਰ ਜੀ ਆਏ ਜੀ, ਤੁਹਾਡੀ ਮੁੱਕੀ ਮਾਰ ਨਹੀਂ ਜਾਂਦਾ, ਮੱਚਦੇ ਆ ਜੀ, ਦਾਦਾ ਜੀ ਬੜਾ ਭੈੜਾ ਜਾ ਜੀ, ਅੱਛਾ ਉਹ ਪਤੰਗਰ ਨਾ ਤਾਂ ਹੱਥ ਕੰਮ ਕਰਦੇ ਨਾ ਲੱਤਾਂ, ਫੇਰ ਵੀ ਸਾਰੇ ਟੱਬਰ ਨੂੰ ਜੀ ਉਹ ਮੰਜੇ ਚ ਪਿਆ ਗਾਲਾਂ ਕੱਢੀ ਜਾਂਦਾ ਜੀ, ਮੈਂ ਤਾਂ ਮਾਸਟਰ ਜੀ ਆਏ ਕਹਿੰਦਾ ਜੀ ਮਰਜੇ ਤਾਂ ਵਧੀਆ ਜੀ ਮਾਸਟਰ ਜੀ, ਉਹ ਮਾਸਟਰ ਜੀ ਭੋਟ ਕੇ ਜਲੇਬੀਆਂ ਕਰਾਂਗੇ ਜੀ, ਨਾਲੇ ਤੁਸੀਂ ਆਓਗੇ ਨਾਲੇ ਚੋ ਢਿੱਡ ਭਰ ਕੇ ਜਲੇਬੀਆਂ ਕਹੇ, ਨਾਲੇ ਲਬਾਬੇ ਚ ਪਾ ਕੇ ਘਰੇ ਲੈ ਜਾਈਏ, ਮੇਰਾ ਬਾਲਾ ਕੱਬਾ ਸਵਾ, ਤੁਸੀਂ ਬਹਿ ਜਾਓ, ਮੈਨੂੰ ਪਤਾ ਸੀ, ਮੈਂ ਮਾਸਟਰ ਜੀ ਐਂ ਕਰਦਾ ਸੀ, ਜਲੇਬੀ ਘੁੰਮਾਉਂਦਾ ਸੀ,
ਚਲੋ ਛੱਡੋ ਰੋਲ ਨੰਬਰ 4 ਹਾਜ਼ਰ ਜੀ ਹੌਲੀ ਬੋਲ ਪਾ ਹੌਲੀ ਬੋਲਿਆ ਬਈ ਮਾਚੀ ਕੰਨ ਦੇ ਪੜਦੇ ਪਾੜਦੇ ਹਾਂ ਜੀ ਵੀ ਨਹੀਂ ਬੋਲਣ ਦਿੰਦਾ ਜੀ ਹੌਲੀ ਬੋਲ ਪਾ ਮੈਂ ਚਲੋ ਕਿਤਾਬਾਂ ਕੱਢੋ ਫਿਰ ਹਾਂ ਜੀ ਮਾਸਟਰ ਜੀ ਤੁਸੀਂ ਸਾਡੇ ਤੇ ਨਾਂ ਜਿਹਾ ਹੀ ਲਾ ਲਿਆ ਕਰੋ ਤਿੰਨ ਰੋਲ ਨੰਬਰ ਤਾਂ ਨਹੀਂ ਹੁਣ ਆਉਂਦਾ ਨਹੀਂ ਜੀ ਕਿਉਂ ਉਹਦਾ ਜੀ ਫਿਰ ਉਹ ਜਦੋਂ ਉਹਦਾ ਬਾਪੂ ਮਰੂਗਾ ਜੀ ਫਿਰ ਉਸ ਤੋਂ ਬਾਅਦ ਜਲੇਬੇ ਆ ਕੇ ਬਾਅਦ 'ਚ ਹੀ ਆਊਗਾ ਜੀ ਫਿਰ ਉਨੇ ਦਿਨ ਤਾਂ ਆਉਂਦਾ ਨਹੀਂ ਨਾ ਤੂੰ ਮਰਿਆ ਪਾ ਉਹਦਾ ਨਹੀਂ ਮੈਂ ਦੱਸਿਆ ਜੀ ਫਿਰ ਰੋਜ਼ ਰੋਜ਼ ਨੇ ਤੁਸੀਂ ਨਾਂ ਜਿਹਾ ਹੀ ਲਾ ਲਿਆ ਕਰੋ ਜੀ ਆਓ ਦੇਖਾਂਗੇ ਕਿਤਾਬਾਂ ਕੱਢੋ ਉਹ ਸੱਚ ਕਿਤਾਬਾਂ ਤੁਹਾਡੀਆਂ ਵਿਚਾਲਿਆ ਗੱਲ ਬੰਦ ਕਰੋ ਇੱਕ ਵਾਰ ਤੂੰ ਖੜਾ ਹੋ ਮਾਸਟਰ ਜੀ ਮੈਂ ਜੀ ਤੈਨੂੰ ਅੰਡੇ ਕਹਿ ਜੀ ਗੱਲ ਸੀ ਨਾ ਉਹ ਨਾ ਜੀ ਕਈ ਦਿਨ ਹੋ ਗਏ ਜੀ ਮੇਰੇ ਨਾ ਜੀ ਭੂਆ ਫੁੱਫੜ ਆ ਗਏ ਸੀ ਅੱਛਾ ਭੂਆ ਫੁੱਫੜ ਆ ਗਏ ਹਾਂਜੀ ਉਹ ਫਿਰ ਨਾ ਜੀ ਮੇਰਾ ਫੁੱਫੜ ਜਿਹਾ ਥੋੜਾ ਜਿਹਾ ਭੁੱਖਾ ਜਿਹਾ ਜੀ ਲਾਲਚੀ ਜਿਹਾ ਬੰਦਾ ਅੱਛਾ ਅੱਛਾ ਉਹ ਕਹਿੰਦਾ ਜੀ ਮੈਂ ਤਾਂ ਰਾਤ ਰਹੂੰਗਾ ਜੀ ਕਹਿੰਦਾ ਤੁਸੀਂ ਮੁਰਗਾ ਬਣਾਓਗੇ ਪਹਿਲਾਂ ਐਂ ਦੱਸ ਕਿੱਥੋਂ ਵਾਲਾ ਫੁੱਫੜ ਆਏ ਤੇ ਮੇਰਾ ਫੁੱਫੜ ਚੰਡੀਗੜ੍ਹ ਵਾਲੇ ਜੀ ਅੱਛਾ ਚੰਡੀਗੜ੍ਹ ਬੰਦੇ ਚ ਬੱਕਵਾਲ ਦਾ ਚੰਡੀਗੜ੍ਹ ਦਾ ਫੁੱਫੜ ਹੀ ਆ ਗਿਆ ਜੀ ਬੱਕਵਾਲ ਚੱਲ ਕੋਈ ਦੱਸ ਫੇਰ ਫੇਰ ਕੀ ਮਾਸਟਰ ਜੀ ਉਹ ਜੀ ਨਾ ਮੁਰਗਾ ਜੀ ਫਿਰ ਸਾਡੇ ਮੁਰਗੇ ਸੀਗਾ ਜੀ ਉਹ ਫੁੱਫੜ ਦਾ ਮੁਰਗਾ ਖਾ ਕੇ ਜੀ ਫਿਰ ਮੈਂ ਅੰਡੇ ਕਾਹਦੇ ਲਿਆਵਾਂ ਜੀ ਨਾ ਅੰਡੇ ਮੁਰਗਾ ਥੋੜਾ ਦਿੰਦਾ ਹੁੰਦਾ ਨਹੀਂ ਮਾਸਟਰ ਜੀ ਤੁਸੀਂ ਸਮਝੇ ਨਹੀਂ ਜੀ ਮੇਰੀ ਗੱਲ ਅੱਛਾ ਉਹ ਜੀ ਨਾ ਸਾਡੇ ਦਾ ਇਕੱਲਾ ਮੁਰਗਾ ਹੀ ਸੀਗਾ ਜੀ ਅੱਛਾ ਤੁਹਾਡੇ ਮੁਰਗਾ ਹੀ ਇਕੱਲਾ ਫੇਰ ਜਿਹੜੀਆਂ ਉਹ ਮੁਰਗੀਆਂ ਅੰਡੇ ਨਾ ਤੇਰੀ ਗੱਲ ਵਿਚਾਲੇ ਤੇ ਫਿਰ ਅੰਡੇ ਕਿਹਦੇ ਲੈ ਕੇ ਆਉਣਾ ਜੀ ਮਾਸਟਰ ਜੀ ਆਏ ਸੀ ਉਹ ਨਾ ਜਿਹੜੀ ਮੁਰਗੀਆਂ ਦੇ ਅੰਡੇ ਲੈ ਕੇ ਆਉਂਦਾ ਸੀ ਉਹ ਨਾ ਜੀ ਮੁਰਗੀਆਂ ਸਾਡੇ ਗਵਾਂਢੀਆਂ ਨੇ ਮਾਸਟਰ ਜੀ ਅੱਛਾ ਗਵਾਂਢੀਆਂ ਦੇ ਮੁਰਗੀ ਸੀ ਤੇ ਉਹਨਾਂ ਦੀ ਨਾ ਜੀ ਸਾਡੇ ਮੁਰਗੇ ਨਾਲ ਗੱਲਬਾਤ ਸੀ ਜੀ ਜਾਨਵਰਾਂ ਦੇ ਗੱਲ ਤਾਂ ਪੂਰੀ ਸੁਣੀ ਉਹਨਾਂ ਦੀ ਗੱਲਬਾਤ ਸੀਗੀ ਜੀ ਉਹ ਫਿਰ ਜਿੱਦਾਂ ਦਾ ਮੁਰਗਾ ਮਰ ਗਿਆ ਜੀ ਉਹ ਫਿਰ ਮੁਰਗੀ ਹੁਣ ਸਾਡੇ ਘਰੋਂ ਮਾਰ ਗਈ ਨਾਲੇ ਅੰਡੇ ਦੇ ਮਾਰ ਗਈ ਹੁਣ ਮੈਂ ਤੁਹਾਨੂੰ ਫਿਰ ਕਿੱਥੋਂ ਲਿਆ ਦਈ ਜਾਨਵਰਾਂ ਦੇ ਰਿਸ਼ਤੇ ਵੀ ਰਾਤ ਨਾ ਪੀਤੀ ਖਾਧੀ ਵੱਧ ਗਈ ਸਿਰ ਜਾ ਦੁਖੀ ਜਾਂਦਾ ਫਿਰ ਲੈ ਮੈਨੂੰ ਹੁਣ ਲਿਆ ਬਣਾ ਜੀ ਮੈਂ ਚਲ ਉਹ ਤਾਂ ਗਏ ਰਾਤ ਦੀ ਖਾਧੀ ਪੀਤੀ ਸਰੀਰ ਕੱਲਾ ਕੱਲਾ ਟੁੱਟੀ ਜਾਂਦਾ ਅੰਗ ਸੌਂਦੇ ਆ ਫਿਰ 2 ਮਿੰਟ ਮਾਸਟਰ ਨੂੰ ਲੱਸੀ ਮਿੱਠਾ ਸੋਡਾ ਪਾ ਕੇ ਦੇ ਦਿਆਂ
ਫਿਰ ਦੇਖੀ ਮਾਸਟਰ ਮੈਂ ਪਿੰਗੂਆਂ ਮਾਰਦਾ ਫਿਰ ਉਹ ਗੱਲ ਦਾ ਪੱਕਾ ਉਹ ਨਜ਼ਾਰਾ ਆ ਗਿਆ ਤੇ ਮਾਸਟਰ ਨੂੰ ਨਾ ਲੱਤੀ ਤੱਕ ਨਹੀਂ ਜਾਇਆ ਜਾਇਆ ਕਹਿੰਦਾ ਪਹਿਲਾਂ ਮਾਸਟਰ ਦਾ ਪਜਾਮਾ ਵਾਲੇ ਬੱਜਾ ਕੋਲ ਨਜ਼ਾਰਾ ਆ ਜਾਂਦਾ ਹਾਂ ਛੁੱਟੀਆਂ ਵਾਲੇ ਨਜ਼ਾਰਾ ਆ ਜਾਂਦਾ ਐਂ ਕਰਦੇ ਆ ਹਨਾ ਚਲੋ ਚਲੀ ਚਾਰ ਦੋ ਦੋ ਕਰ ਲਾਂਗੇ ਆਪਾਂ ਮੱਛੀ ਖਾਵਾਂਗੇ ਮੈਂ ਦੋ ਦੋ ਮਾਸਟਰ ਨੂੰ ਦੱਸਦਾ ਜਾ ਕੇ ਗੜਬੜ ਹੋ ਗਈ ਜੀ ਕੀ ਗੜਬੜ ਹੋ ਗਈ ਬੜੀ ਗੜਬੜ ਹੋ ਗਈ ਜੀ ਅੱਛਾ ਕੀ ਕੱਲ ਚ ਦੱਸਦਾ ਜੀ ਲੈ ਦੱਸ ਫਿਰ ਅੱਛਾ ਹਾਂਜੀ ਪੱਕੀ ਗੱਲ ਆ ਪੱਕੀ ਗੱਲ ਆ ਜੀ ਬਹਿ ਜਾ ਤੂੰ ਬਹਿ ਜਾ ਪੁੱਤ ਬਹਿ ਜਾ ਤੋਤਾ ਸਿੰਘ ਤੇ ਸਕੀਮ ਕਮਾਲ ਕਰਤੀ ਤੋਤਾ ਸਿੰਘ ਤੇ ਸਕੀਮ ਫਾਰਮ ਕਰਤੀ ਆਹ ਲੈਣ ਦੇ ਪੁੱਤ ਕੱਲੇ ਕੱਲੇ ਨੂੰ ਘੜੂ ਕੱਲੇ ਕੱਲੇ ਨੂੰ ਡੰਡੇ ਨੂੰ ਮੈਂ ਲਾਉਣਾ ਤੇਲ ਆ ਚੱਕੋ ਮਾਸਟਰ ਜੀ ਪੁਰਾਣੀ ਪੂਰੀ ਭਰੀ ਲੈ ਜੀ ਕਹਿੰਦੀ ਅੱਛਾ ਹਾਰੀ ਵੀ ਲਿਓ ਗੜਬੜ ਆ ਜਿਹੜੀ ਇਹਦੇ ਚ ਉਹ ਅਸੀਂ ਤਿੰਨੇ ਗਏ ਸੀ ਲੱਸੀ ਲੈਣ ਤੁਸੀਂ ਭੇਜ ਤੇ ਜੀ ਅਸੀਂ ਬਾਗੀ ਜੀ ਬਾਗੇ ਮਾਸਟਰ ਜੀ ਇਹਨਾਂ ਜੀ ਸਾਡੇ ਨਾਲ ਰਾਹ ਤੋਂ ਲੜਕੇ ਮੁੜਿਆ ਜੀ ਲੜਕੇ ਅੱਛਾ ਤੇ ਇਹ ਕਹਿੰਦਾ ਜੀ ਹੁਣ ਕੀ ਪਤਾ ਕਹਿੰਦੇ ਆਉਂਦੇ ਹੋਏ ਨੇ ਗੱਲ ਬਣਾਉਣਾ ਸਾਡੇ ਜਾਣ ਕੇ ਛਿੱਤਰ ਭੂਆਣਾ ਮਾਸਟਰ ਜੀ ਇਹ ਅੱਛਾ ਚਲੋ ਛੱਡੋ ਹਾਂਜੀ ਮੈਂ ਕਿਵੇਂ ਯਕੀਨ ਕਰ ਲਾਂ ਗੜਬੜ ਪੱਕੀ ਗੱਲ ਕਹਿਣਾ ਜੀ ਮੈਂ ਗੜਬੜ ਹੱਸੀ ਆਉਂਦੇ ਨੇ ਗੜਬੜ ਨਾ ਮਾਸਟਰ ਜੀ ਕਦੋਂ ਹੱਸਦੇ ਜੀ ਬੇਬੇ ਨੂੰ ਪੁੱਛਿਆ ਜੀ ਲੱਸੀ ਹੈਗੀ ਕਹਿਣਾ ਜੀ ਬੇਬੇ ਕਹਿੰਦੀ ਹੁਣ ਕ੍ਰੇੜਕਾ ਦਾ ਖਾਲੀ ਪਿਆ ਲੱਸੀ ਦਾ ਬੱਟ ਜੀ ਅੱਛਾ ਫਿਰ ਗੁਆਂਢਣ ਲੈ ਨਾ ਜੀ ਨਾ ਫਿਰ ਇਹਨਾਂ ਦੇ ਅਸੀਂ ਦਰਵਾਜ਼ੇ ਦੀ ਲੰਘਣ ਲੱਗੇ ਜੀ ਮਾਸਟਰ ਜੀ ਉੱਥੇ ਨਾ ਕੁੱਤਾ ਕੁੰਡੇ ਚ ਲੱਸੀ ਪੀ ਰਹੀ